ਹਾਂਜੀ ਦੋਸਤੋ ਅੱਜ ਦੀ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਜੀ ਇਹ ਮੈਂ ਤੁਹਾਨੂੰ ਬਹੁਤ ਹੀ ਮਨਪਰੇ ਮਨ ਨਾਲ ਵੀਡੀਓ ਬਣਾ ਰਿਹਾ ਹਾਂ ਜੀ ਵੀਡੀਓ ਬਣਾਉਣ ਦਾ ਮੇਰਾ ਮਨ ਤਾਂ ਨਹੀਂ ਸੀ ਹੈਗਾ ਕਿਉਂਕਿ ਬਾਈਆਂ ਦੇ ਬਹੁਤ ਜ਼ਿਆਦਾ ਨੇ ਫੋਨ ਆਈ ਜਾਂਦੇ ਸੀਗੇ ਕਮੈਂਟ ਆਈ ਜਾਂਦੇ ਸੀਗੇ ਕਿ ਬਾਈ ਨੂੰ ਇਹ ਘੋੜੇ ਨੂੰ ਕੀ ਗੱਲ ਹੋ ਗਈ ਕੀ ਪਾਣਾ ਵਰਤਿਆ ਇਸ ਬੇਜਵਾਨ ਦੇ ਨਾਲ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਨੂੰ ਦੱਸਣ ਦੇ ਲਈ ਹੀ ਇਹ ਵੀਡੀਓ ਬਣਾ ਰਿਹਾ ਹਾਂ ਜੀ ਇਹ ਜਿਹੜਾ ਤੁਸੀਂ ਘੋੜਾ ਦੇਖ ਰਹੇ ਹੋ ਇਸ ਘੋੜੇ ਦਾ ਨਾਮ ਜੀ ਬਾਦਸ਼ਾਹ ਹੈ ਸੀਗਾ ਜੀ ਬਾਈ ਪਿੰਡੂ ਜਿੰਮੇਦਾਰ ਨੇ ਵੀ ਵੀਡੀਓ ਕੀਤੀ ਸੀ ਤੇ ਆਪਾਂ ਵੀ ਜਦੋਂ ਬਾਈ ਕੋੜਾ ਲੈ ਕੇ ਆਏ ਸੀ ਉਦੋਂ ਬਹੁਤ ਸਾਰੀਆਂ ਜੇਲਾ ਬਣਾ ਕੇ ਜਿਹੜੀਆਂ ਇਹ ਇੰਸਟਾ ਤੇ ਸ਼ੇਅਰ ਕੀਤੀਆਂ ਸੀਗੀਆਂ ਘੋੜਾ ਜੀ ਬਹੁਤ ਚੰਗਾ ਘੋੜਾ ਸੀਗਾ 34 35 ਮਹੀਨਿਆਂ ਦੇ ਵਿਚਕਾਰ ਹੀ ਇਹਨੇ 67 ਤੋਂ ਲੈ ਕੇ 68 ਇੰਚ ਦੇ ਲੈਵਲ 'ਤੇ ਬੇ ਹਾਈਟ ਹੈ ਜਿਹੜੀ ਉਹ ਕਰ ਲਈ ਸੀਗੀ ਇਹਦੀ ਮੌਤ ਦਾ ਇਹੜਾ ਕਾਰਨ ਹੈ ਜੀ ਮੌਤ ਦਾ ਕਾਰਨ ਮੈਂ ਹੁਣ ਤੁਹਾਨੂੰ ਦੱਸਦਾ ਜੀ ਘੋੜੇ ਦੇ ਪਰਸੋਂ ਰਾਤ ਨੂੰ ਦਰਦ ਉੱਠਿਆ ਸੀਗਾ ਜੀ ਤੇ ਘੋੜੇ ਨੂੰ ਮੋਕ ਲੱਗ ਗਈ ਸੀ ਕਿ ਪਰਸੋਂ ਆਥ ਨੇ ਪਰਸੋਂ ਰਾਤ ਨੂੰ ਤੇ ਬਾਈ ਸਤਨਾਮ ਨੇ ਡਾਕਟਰ ਨੂੰ ਕਾਲ ਕੀਤੀ ਤੇ ਡਾਕਟਰ ਸਾਹਿਬਾਨ ਕਹਿੰਦੇ ਵੀ ਅਸੀਂ ਤੜਕੇ ਆਕੇ ਵੀ ਜਿਹੜਾ ਘੋੜੇ ਦਾ ਟ੍ਰੀਟਮੈਂਟ ਆ ਉਹ ਕਰ ਦਾਂਗੇ ਜਿਹੜੀਆਂ ਦਵਾਈਆਂ ਬੂਟੀਆਂ ਬਾਈ ਨੇ ਡਾਕਟਰ ਸਾਹਿਬਾਨ ਨੇ ਦੱਸੀਆਂ ਸਤਨਾਮ ਨੂੰ ਉਹ ਸਤਨਾਮ ਨੇ ਘੋੜੇ ਦੇ ਲਾਤੀਆਂ ਸੀ ਜੀ ਘੋੜੇ ਦਾ ਕੁਝ ਹੱਦ ਤੱਕ ਜਿਹੜਾ ਜਿਹੜਾ ਆਪਾਂ ਕਹਿ ਸਕਦੇ ਹਾਂ ਜੀ ਦਰਦ ਆ ਉਹ ਟਿਕਿਆ ਸੀ ਉਸ ਤੋਂ ਬਾਅਦ ਜਦੋਂ ਤੜਕੇ ਡਾਕਟਰ ਸਾਹਿਬਾਨ ਨੇ ਘੋੜੇ ਦਾ ਟਰੀਟਮੈਂਟ ਕੀਤਾ ਘੋੜੇ ਦਾ ਟਰੀਟਮੈਂਟ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਘੋੜੇ ਨੇ ਜ਼ਹਿਰ ਖਾਦਾ ਜੀ ਘੋੜੇ ਦੇ ਅੰਦਰ ਜ਼ਹਿਰ ਦੀ ਜਿਹੜੀ ਇਹ ਸ਼ਿਕਾਇਤ ਹੈ ਉਹ ਹੋਈ ਤੇ ਜੇ ਆਪਾਂ ਦੇਖੀਏ ਘੋੜੇ ਦੇ ਜ਼ਹਿਰ ਖਾਣ ਦੇ ਉਹਦੇ ਤੱਕ ਦੇਖੀਏ ਜੇ ਆਪਾਂ ਤਾਂ ਘੋੜੇ ਦੇ 20 ਤੋਂ 30 ਫੁੱਟ ਦੇ ਰੂਮ ਦੇ ਨੇੜੇ ਤੇ ਜਿਹੜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜ਼ਹਿਰੀਲੀ ਚੀਜ਼ ਨਹੀਂ ਸੀ ਹੈਗੀ ਭਾਈ ਸਤਨਾਮ ਦੇ ਘਰ ਰਖਦਾ ਹੀ ਨਹੀਂ ਸੀ 20 ਤੋਂ 30 ਫੁੱਟ ਦੇ ਨੇੜੇ-ਨੇੜੇ ਬੰਦਾ ਘੋੜੇ ਦੇ ਕਮਰੇ ਦੇ ਤੇ ਘੋੜੇ ਦੇ ਅੰਦਰ ਜ਼ਹਿਰ ਦੀ ਇਹ ਜਿਹੜੀ ਆਪਾਂ ਨੂੰ ਸਮੱਸਿਆ ਇਹ ਆਈ ਜਿਹੜੀ ਜ਼ਹਿਰ ਟੱਪਿਆ ਹਨਾ ਇਹ ਟ੍ਰੀਟਮੈਂਟ ਸਾਹਮਣੇ ਆਇਆ ਇਹ ਤੋਂ ਸਿੱਧਾ ਹੀ ਜ਼ਹਿਰ ਪਤਾ ਲੱਗਦਾ ਜੀ ਕਿ ਕਿਸੇ ਨੇ ਹੁਣ ਅਸੀਂ ਕਿਸੇ ਦਾ ਨਾਮ ਤਾਂ ਨਹੀਂ ਲਾਵਾਂਗੇ ਨਾ ਹੀ ਸਾਨੂੰ ਕਿਸੇ ਤੇ ਸ਼ੱਕ ਹੈ ਪਰ ਇਥੋਂ ਸਿੱਧਾ ਪਤਾ ਲੱਗਦਾ ਹੈ ਕਿ ਘੋੜੇ ਨੂੰ ਕਿਸੇ ਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਜੀ ਮਚਨ ਵਾਲੇ ਨੇ ਜਾਂ ਕਿਸੇ ਬੇਦਰਦ ਇਨਸਾਨ ਨੇ ਘੋੜੇ ਨੂੰ ਜ਼ਹਿਰ ਦਿੱਤਾ ਤੇ ਘੋੜਾ ਜਿਹੜਾ ਇਹ ਆਪਣੇ ਵਿਚਕਾਰ ਹੋਣਾ ਇਹ ਜਿਹੜਾ ਜੀ ਇਹ ਨਹੀਂ ਰਿਹਾ ਘੋੜੇ ਦੀ ਆਤਮਾ ਨੂੰ ਪ੍ਰਮਾਤਮਾ ਸ਼ਾਂਤੀ ਬਖਸ਼ੇ ਜੀ 22 ਸਤਨਾਮ ਨੂੰ ਘੋੜੇ ਦੀ ਵਿਛੋੜਾ ਦੇ ਜਾਣ ਦਾ ਤੇ ਘੋੜੇ ਦੇ ਇਹ ਐਡਾ ਵੱਡਾ ਘਾਟਾ ਪੈ ਜਾਂਦਾ ਬਾਈ ਦਾ ਪੁੱਤਾਂ ਵਰਗਾ ਘੋੜਾ ਸੀ ਬਹੁਤ ਹੀ ਸਾਂਭ-ਸਮਹਾਰ ਨਾਲ ਬਹੁਤ ਹੀ ਚਾਮਾ ਨਾਲ ਬਾਈ ਨੇ ਘੋੜੇ ਨੂੰ ਲੈ ਕੇ ਆਂਦਾ ਸੀ ਤੇ ਬਾਈ ਨੂੰ ਐਡਾ ਵੱਡਾ ਘਾਟਾ ਪੈਦਾ ਬਲਵਕਸ਼ਣ ਦੀ ਸਮਰਥਾ ਦੇਣਾ ਜੀ ਤੇ ਬਾਕੀ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਇੱਕ ਗੁਜਾਰਸ਼ ਕਰੂੰ ਹੱਥ ਬੰਨ੍ਹ ਕੇ ਕਿ ਬਾਈ ਬਣੇ ਜਿਹੜਾ ਵੀ ਕੋਈ ਬੰਦੇ ਦੇ ਕਿਸੇ ਵੀ ਬੰਦੇ ਦੇ ਮਨ ਦੇ ਵਿੱਚ ਗੁੱਸਾ ਗਿਲਾ ਹੁੰਦਾ ਹੈ ਤਾਂ ਉਹ ਬੰਦੇ ਦੇ ਨਾਲ ਮੂੰਹ ਤੇ ਬੈ ਕੇ ਨਿਮੇੜ ਲਿਆ ਕਰੋ ਇਮੇ ਬੇਜਵਾਨ ਚੀਜ਼ਾਂ ਨਾਲ ਕਿਸੇ ਵੀ ਤਰ੍ਹਾਂ ਦਾ ਇਮੇ ਦਾ ਘਟ ਗਿਆ ਹਰਕਤ ਨਾ ਕਰਿਆ ਕਰੋ ਕਿਉਂਕਿ ਇਸ ਮਹੀਨੇ ਦੇ ਵਿੱਚ ਵਿੱਚ ਆਪਾਂ ਜਿਹੜੇ ਤਿੰਨ ਤੋਂ ਚਾਰ ਘੋੜੇ ਆ ਜਿਹੜੇ ਆਪਾਂ ਦੇਖ ਲਏ ਜਿਵੇਂ ਕਿ ਇੱਕ ਰਤਨ ਘੋੜਾ ਹੋ ਗਿਆ ਜੀ ਇੱਕ ਬਾਬੇ ਆਪਾਂ ਖੇੜੀ ਵਾਲਿਆਂ ਦੇ ਘੋੜਾ ਸੀ ਸ਼ਾਇਦ ਘੋੜੀ ਉਹਦਾ ਦੇਖ ਲਿਆ ਜੀ ਹਨਾ ਕਾਫੀ ਜਿਹੜੇ ਘੋੜੇ ਚੰਗੇ ਚੰਗੇ ਉਹ ਆਪਾਂ ਨੂੰ ਆਲਵੇ ਦਾ ਕਹਿਗੇ ਆ ਜੀ ਬਾਕੀ ਹੱਥ ਬੰਨ ਕੇ ਬੇਨਤੀ ਹੈ ਜੀ ਕਿ ਬੇਜਵਾਨੇ ਜਾਨਵਰ ਨਾਲ ਇਮੇ ਦੀ ਹਰਕਤ ਨਾ ਕਰਿਆ ਕਰੋ ਕਿਉਂਕਿ ਜੇ ਕਿਸੇ ਨੂੰ ਕਿਸੇ ਇੱਕ ਤਰ੍ਹਾਂ ਦਾ ਕੋਈ ਹਰਖ ਗੁੱਸਾ ਹੁੰਦਾ ਤਾਂ ਬੰਦੇ ਦੇ ਨਾਲ ਸਿੱਧੇ ਮੱਥੇ ਅਗਲੇ ਨੂੰ ਕਹਿ ਦਿਓ ਜੀ ਵੀ ਤੇਰੇ ਨਾਲ ਆ ਗੁੱਸਾ ਕਿੱਲਾ ਤੇ ਬੰਦੇ ਦੇ ਮੂੰਹ ਤੇ ਬਹਿ ਕੇ ਨਿਮੇੜ ਲਿਆ ਕਰੋ ਤੇ ਐਵੇਂ ਦੀ ਹਰਕਤਾਂ ਕਿਤੇ ਤੋਂ ਨਾ ਕਰੋ ਜੀ ਤੇ ਬਹੁਤ ਹੀ ਵੱਡਾ ਘਾਟਾ ਪਿਆ ਜੀ ਬਾਈ ਸਤਨਾਮ ਨੂੰ ਪ੍ਰਮਾਤਮਾ ਐਡਾ ਵੱਡਾ ਘਾਟਾ ਸਹਿਣ ਦੇ ਬਲ ਬਖਸ਼ੋ ਜੀ ਬਾਕੀ ਅੱਜ ਦੀ ਵੀ